ਪੰਜਾਬ ਦੇ ਚਰਚਿਤ ਮੁੱਦਿਆਂ ਤੇ ਗੱਲ ਕਰਾਂਗੇ ਅਸੀਂ ਐਸ ਆਰ ਲੱਧੜ ਨਾਲ ਜੋ ਬੀ ਜੀ ਪੀ ਦੀ ਸੀਨੀਅਰ ਅਗੂ ਨੇ ਪੰਜਾਬ ਦੇ ਨਾਲ ਇੱਕ ੱੱਕੇ ਦੀ ਗੱਲ ਹੋ ਰਹੀ ਆ ਕਿ ਪੰਜਾਬ ਨੂੰ ਨਮਾਇੰਦਗੀ ਨਹੀਂ ਦਿੱਤੀ ਜਾ ਰਹੀ ਉਸ ਕਮੇਟੀ ਵਿੱਚ ਜਿਨੇ ਫਸਲਾਂ ਦੀ ਐਮ ਐਸ ਪੀ ਤੈਅ ਕਰਨੀਆਂ ਸੋ ਇੱਕ ਵਿਵਾਦ ਜਾਰੀ ਆ ਪੰਜਾਬ ਤੋਂ ਲੈ ਕੇ ਲੋਕ ਸਭਾ ਰਾਜ ਸਭਾ ਤੱਕ ਇਸ ਮਸਲੇ ਤੇ ਬਕਾਇਦਾ ਗੱਲਾਂਬਾਤਾਂ ਹੋ ਰਹੀਆਂ ਨੇ ਗੱਲ ਕਰਾਂਗੇ ਲੱਧੜ ਸਾਹਿਬ ਲੱਧੜ ਸਾਹਿਬ ਕੀ ਲੱਗਦਾ ਕਿ ਪੰਜਾਬ ਨਾਲ ਵਾਕਈ ਤੱਕਾ ਹੋਇਆ ਕਿ ਐਮਐਸਪੀ ਦੀ ਗੱਲ ਹੋਵੇ ਸਭ ਤੋਂ ਜ਼ਿਆਦਾ ਫਸਲਾਂ ਪੰਜਾਬ ਉਗਾਉਂਦਾ ਹੋਵੇ ਤੇ ਪੰਜਾਬ ਦਾ ਕੋਈ ਵੀ ਨੁਮਾਇੰਦਾ ਨਾ ਹੋਵੇ ਕਮੇਟੀ 'ਚ ਖੋਕਰ ਜੀ ਮੈਂ ਇਹ ਮਹਿਸੂਸ ਕਰਦਾ ਕਿ ਪੰਜਾਬ ਨੇ ਹਮੇਸ਼ਾ ਉਹਨਾਂ ਦਿਨਾਂ ਤੋਂ ਪੂਰੇ ਦੇਸ਼ ਦਾ ਢਿੱਡ ਭਰਿਆ ਜਦੋਂ ਸਾਡੇ ਦੇਸ਼ ਦੇ ਵਿੱਚ ਅਕਾਲ ਪੈਂਦੀ ਸੀ ਪੰਜਾਬ ਇੱਕ ਮੇਜਰ ਗ੍ਰੇਨ ਪ੍ਰੋਡਿਊਸਿੰਗ ਸਟੇਟ ਹੈ ਔਰ ਪੰਜਾਬ ਦੇ ਕਿਸਾਨਾਂ ਦੀ ਨੁਮਾਇੰਦਗੀ ਨਾ ਹੋਣੀ ਮੈਂ ਸਮਝਦਾ ਕਿ ਇੱਥੇ ਪੁਨਰ ਵਿਚਾਰ ਹੋਣਾ ਚਾਹੀਦਾ ਹੈਗਾ ਔਰ ਇੱਕ ਮੇਜਰ ਜਿਹੜੀ ਸੇ ਹੈ ਉਹ ਪੰਜਾਬ ਦੇ ਕਿਸਾਨਾਂ ਦੀ ਐਮਐਸਪੀ ਤੈਅ ਕਰਨ ਦੇ ਵਿੱਚ ਹੋਣੀ ਚਾਹੀਦੀ ਹੈ ਇਹ ਮੈਂ ਆਪਣਾ ਮਹਿਸੂਸ ਕਰਦਾ ਹਾਂ ਨਿੱਜੀ ਤੌਰ ਤੇ ਨੰਬਰ 1 ਨੰਬਰ 2 ਦੇ ਉੱਤੇ ਜਿਹੜਾ ਆਪਣਾ ਕਈ ਇਸ਼ੂਜ਼ ਹੈਗੇ ਆ ਜਿਹੜੇ ਆਪਣੇ ਕਿਸਾਨਾਂ ਨੇ ਧਰਨੇ ਵੀ ਲਾਈ ਰੱਖੇ ਜਿਹੜੇ ਸਾਡੇ ਉੱਤੇ ਨਾ ਸੈਂਟਰ ਗਵਰਨਮੈਂਟ ਨੇ ਕਾਨੂੰਨ ਪਾਸ ਕੀਤਾ ਕਿਸਾਨੀ ਸੰਬੰਧੀ ਔਰ ਵਾਪਸ ਲੈ ਲੈ ਤਾ ਉਥੇ ਵੀ ਜਿਹੜਾ ਇੱਕ ਇਸ਼ੂ ਮੇਜਰ ਇਹ ਸਾਹਮਣੇ ਆਇਆ ਮੈਂ ਮਹਿਸੂਸ ਕੀਤਾ ਮੈਂ ਬਹੁਤ ਵਾਰੀ ਟਿਕਰੀ ਬਾਰਡਰ ਸਿੰਘੂ ਬਾਰਡਰ ਤੇ ਵੀ ਗਿਆ ਮੈਂ ਕਿਸਾਨਾਂ ਦੇ ਨਾਲ ਖੜਿਆ ਤੇ ਕਿ ਜੀ ਸਟੇਟ ਜਿਹੜਾ ਹੈਗਾ ਐਗਰੀਕਲਚਰ ਹੈ ਇਹ ਇੱਕ ਸਟੇਟ ਸਬਜੈਕਟ ਹੈ ਇਹਦੇ ਤੇ ਕੇਂਦਰ ਨੂੰ ਕਾਨੂੰਨ ਨਹੀਂ ਪਾਸ ਕਰਨਾ ਚਾਹੀਦਾ ਤਾਂ ਇਹ ਇੱਕ ਗਹਿਰ ਗੰਭੀਰ ਵਿਸ਼ਾ ਹੈ ਕਿ ਜੇ ਕੇਂਦਰ ਕੰਪੀਟੈਂਟ ਨਹੀਂ ਹੈਗਾ ਕਿਸਾਨੀ ਕਾਨੂੰਨ ਪਾਸ ਕਰਨ ਲਈ ਔਰ ਅਗਰ ਐਗਰੀਕਲਚਰ ਸਟੇਟ ਸਬਜੈਕਟ ਹੈ ਤਾ ਫਿਰ ਐਮਐਸਪੀ ਸੈਂਟਰ ਲਾਗੂ ਕਿਉਂ ਕਰੇ ਡਿਸੀਜਨ ਕਿਉਂ ਲਵੇ ਕਿਉਂ ਆਪਣਾ ਇੱਕ ਮਿਨਿਮਮ ਸਪੋਰਟ ਪ੍ਰਾਈਸ ਦਿੱਤਾ ਜਾਵੇ ਸੋ ਇਹ ਇਸ ਕਰਕੇ ਬੜਾ ਕੰਪਲੈਕਸ ਕੰਪਲੈਕਸ ਇਸ਼ੂ ਹੈ ਪਰ ਕਿਸਾਨ ਵੀ ਸਾਡੇ ਐ ਮਜ਼ਦੂਰ ਵੀ ਸਾਡੇ ਐ ਇਹ ਜਿਹੜਾ ਵੈਲਫੇਅਰ ਸਟੇਟ ਹੈ ਸਾਰੇ ਲੋਕਾਂ ਦੇ ਭਲੇ ਨੂੰ ਮੱਦੇ ਨਜ਼ਰ ਰੱਖਦਿਆਂ ਸਰਕਾਰ ਕਾਨੂੰਨ ਲੈ ਕੇ ਆਂਦੀ ਹੈ ਉਹਦੇ ਵਿੱਚ ਵਿਤਕਰਾ ਨਹੀਂ ਹੋਣਾ ਚਾਹੀਦਾ ਨੂੰ ਆਪਾਂ ਇਸ ਨਜ਼ਰੀਏ ਤੋਂ ਵੀ ਦੇਖ ਸਕਦੇ ਹਾਂ ਕਿ ਜਿਸ ਤਰ੍ਹਾਂ ਜੀਐਸਟੀ ਲਾਉਂਦੇ ਆ ਜੀ ਪੂਰੇ ਸਟੇਟਾਂ ਦੇ ਨੁਮਾਇੰਦੇ ਹੁੰਦੇ ਆ ਉਸ ਲੈਵਲ ਤੇ ਜਿੱਥੇ ਫੈਸਲੇ ਕਰਦੇ ਜਿੱਥੋਂ ਤਾਂ ਫਾਇਦਾ ਹੁੰਦਾ ਪੂਰੇ ਸਟੇਟਾਂ ਜਦੋਂ ਕਿਸੇ ਨੂੰ ਫਾਇਦਾ ਦੇਣਾ ਫਿਰ ਸਟੇਟਾਂ ਨੂੰ ਇਗਨੋਰ ਕੀਤਾ ਜਾਂਦਾ ਉੱਥੇ ਵੀ ਥੋੜਾ ਜਿਹਾ ਬੇਧਿਆਨੀ ਦੀ ਵਰਤੀ ਜਾ ਰਹੀ ਹੈ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਦੇਖੋ ਇਹ ਸਾਡਾ ਜਿਹੜਾ ਸਿਸਟਮ ਹੈ ਗਵਰਨੈਂਸ ਦਾ ਇਹ ਇੱਕ ਡੈਮੋਕਰੈਟਿਕ ਹੈ ਲੋਕ ਰਾਜ ਹੈ ਇਹਦੇ ਵਿੱਚ ਲੋਕਾਂ ਦੀ ਜਿਹੜੀ رائے ਆ ਉਹ ਮੰਨਣੀ ਜਾਂ ਨਾ ਮੰਨਣੀ ਉਹ ਬਾਤ ਦੀ ਗੱਲ ਹੈ ਲੇਕਿਨ ਸੁਣਨੀ ਸਭ ਦੀ ਚਾਹੀਦੀ ਹੈ ਔਰ ਫਿਰ ਮਾਜੋਰਿਟੀ ਡਿਸੀਜਨ ਲੈਣੇ ਚਾਹੀਦੇ ਆ ਪਿਛਲੀ ਜਦੋਂ ਤਿੰਨ ਕਿਸਾਨ ਕਾਨੂੰਨ ਵਾਪਸ ਲਏ ਆ ਤਾਂ ਪ੍ਰਾਈਮ ਮਿਨਿਸਟਰ ਜੀ ਨੇ ਜਿਹੜੀ ਦੂਰ ਅੰਦੇਸ਼ੀ ਜ਼ाहिर ਕਰਦਿਆ ਵਾਪਸ ਲੈ ਕੇ ਜੇ ਕਿਸਾਨ ਹੀ ਖੁਸ਼ ਨਹੀਂ ਹੈਗੇ ਤਾਂ ਉਹਨਾਂ ਲਈ ਕਾਨੂੰਨ ਅਸੀਂ ਥੁੱਪਨੇ ਕਿਉਂ ਹੈ ਮਾਫੀ ਵੀ ਮੰਗੀ ਕਿਸਾਨ ਕਾਨੂੰਨ ਵਾਪਸ ਵੀ ਲੈ ਲੈ ਸੋ ਇਸ ਕਰਕੇ ਐਮਐਸਪੀ ਵਧਾਣੀ ਹੈ ਕਿੰਨੀ ਵਧਾਣੀ ਹੈ ਇੱਕ ਕਿਸਾਨਾਂ ਦੇ ਭਲੇ ਦੀ ਗੱਲ ਹੈ ਸੋ ਇਸ ਕਰਕੇ ਉਹ ਸੂਬਾ ਜਿਹੜਾ ਕਿ ਸਭ ਤੋਂ ਜ਼ਿਆਦਾ ਅੱਜ ਤੱਕ ਅਨਾਜ ਪੈਦਾ ਕਰਦਾ ਆ ਰਿਹਾ ਹੈਗਾ ਅਗਰ ਅਸੀਂ ਉਹਨਾਂ ਕਿਸਾਨਾਂ ਨੂੰ ਵਿੱਚ ਸ਼ਾਮਿਲ ਹੀ ਨਹੀਂ ਕਰਦੇ ਜਾਂ ਉਹਨਾਂ ਨੂੰ ਸੁਣਦੇ ਨਹੀਂ ਹੈ ਤਾਂ ਮੈਂ ਸਮਝਦਾ ਹਾਂ ਕਿ ਪੰਜਾਬ ਦੇ ਕਿਸਾਨਾਂ ਨਾਲ ਤਾਂ ਧੱਕਾ ਹੈ ਹੀ ਹੈ ਬਲਕਿ ਇਹ ਪੂਰੀ ਕਿਸਾਨੀ ਨਾਲ ਵੀ ਧੱਕਾ ਆ ਕਿ ਜਿਹੜਾ ਜ਼ਰੂਰੀ ਨਹੀਂ ਹੈ ਕਿ ਜਿਹੜਾ ਕਿਸਾਨ ਮਹਾਰਾਸ਼ਟਰ 'ਚ ਬੈਠਾ ਉਹ ਪੰਜਾਬ ਦੇ ਕਿਸਾਨ ਦਾ ਹਿੱਤ ਨਹੀਂ ਦੇਖੇਗਾ ਜਾਂ ਪੰਜਾਬ ਦਾ ਕਿਸਾਨ ਹੈ ਤਮਲनाडु ਦੇ ਕਿਸਾਨ ਦਾ ਇਤ ਨਹੀਂ ਦੇਖੇਗਾ ਕਿਸਾਨ ਨੂੰ ਤਾਂ ਐਜ਼ ਅ ਹੋਲ ਇੱਕ ਕਮਿਊਨਿਟੀ ਕਰਕੇ ਆਪਾਂ ਨੂੰ ਜਾਣਨਾ ਚਾਹੀਦਾ ਪਰ ਫਿਰ ਵੀ ਜਿੱਦਾਂ ਐਮਐਸਪੀ ਹੈ ਕੁਝ ਸਟੇਟਾਂ 'ਚ ਲਾਗੂ ਹੈ ਕੁਝ ਸਟੇਟਾਂ 'ਚ ਨਹੀਂ ਹੈਗੀ ਸੋ ਇਸ ਕਰਕੇ ਪੰਜਾਬ ਦੇ ਵਿੱਚ ਐਮਐਸਪੀ ਲਾਗੂ ਹੈ ਤੇ ਪੰਜਾਬ ਦੇ ਕਿਸਾਨਾਂ ਨੂੰ ਨੁਮਾਇੰਦਗੀ ਨਾ ਦੇਣਾ ਮੈਂ ਸਮਝਦਾ ਕਿ ਇਹ ਸਹੀ ਡਿਸੀਜਨ ਨਹੀਂ ਹੈ ਇਹਨਾਂ ਨੂੰ ਲੈਣਾ ਚਾਹੀਦਾ ਇੱਕ ਹੋਰ ਧੱਕੇ ਵਾਲੀ ਗੱਲ ਹੈ ਕਿ ਮਹਿੰਗਾਈ ਦੀ ਰੇਸ਼ਿਓ ਬਹੁਤ ਵਧ ਰਹੀ ਹੈ ਹਰ ਵਸਤਾਂ ਦੀ ਫਸਲਾਂ ਦੇ ਫਲਾਂ ਦੇ ਸਬਜ਼ੀਆਂ ਦੇ ਉਸ ਲੈਵਲ ਤੇ ਰੇਟ ਨਹੀਂ ਵੱਧ ਰਹੇ ਕਿਸਾਨ ਠੱਗੇ ਠੱਗੇ ਮਹਿਸੂਸ ਕਰਦੇ ਨੇ ਇਹਦੇ ਲਈ ਕੀ ਹੱਲ ਹੈ ਦੇਖੋ ਅੱਜ ਦੇ ਦਿਨ ਦੇ ਵਿੱਚ ਖੁਖਰ ਜੀ ਕਿ ਆਪਾਂ ਨੂੰ 75 ਸਾਲ ਹੋ ਗਏ ਆਜ਼ਾਦ ਹੋਇਆ ਨੂੰ ਜਿਹੜਾ ਕਿਸਾਨ ਹੈ ਅੱਜ ਕਿਸਾਨ ਦਾ ਬੇਟਾ ਆਰਮੀ ਦਾ ਚੀਫ ਹੈ ਅੱਜ ਕਿਸਾਨ ਦਾ ਬੇਟਾ ਚੀਫ ਸਕੱਰੇਟਰੀ ਹੈ ਅੱਜ ਕਿਸਾਨ ਹੀ ਮੁੱਖ ਮੰਤਰੀ ਹੈ ਪੰਜਾਬ ਦੇ ਜਿੰਨੇ ਮੁੱਖ ਮੰਤਰੀ ਹੋਏ ਤੁਸੀਂ ਦੱਸੋ ਕਿ ਇੱਕ ਵੀ ਇਹੋ ਜਿਹਾ ਮੁੱਖ ਮੰਤਰੀ ਸੀਗਾ ਜਿਹੜਾ ਕਿਸਾਨ ਨਹੀਂ ਹੈ ਪੰਜਾਬ ਦੇ ਮੁੱਖ ਮੰਤਰੀਆਂ ਨੇ ਪੰਜਾਬ ਦੀ ਕਿਸਾਨੀ ਲਈ ਕੀ ਕੀਤਾ ਜਦੋਂ ਖੁਦ ਹੀ ਨਹੀਂ ਆਪਣਾ ਭਲਾ ਕਰਨਾ ਚਾਹੁੰਦਾ ਤੇ ਸਾਨੂੰ ਬਾਹਰਲੇ ਦੇਸ਼ਾਂ ਦੇ ਮੁਲਕਾਂ ਦੇ ਸਿਆਸੀ ਲੋਕਾਂ ਨੇ ਭਲਾ ਕਰਨਾ ਇਹ ਲੋਕੀ ਆਪਣੇ ਦਿਮਾਗ ਦੀ ਵਰਤੋਂ ਕਿਉਂ ਨਹੀਂ ਕਰਦੇ ਇਹਨਾਂ ਨੇ ਹੁਣ ਜਿੱਦਾਂ ਕਿਸਾਨੀ ਮੂਵਮੈਂਟ ਦੇ ਵਿੱਚ ਕਿਸਾਨਾਂ ਦੇ ਤਿੰਨ ਕਾਨੂੰਨ ਵਾਪਸ ਹੋ ਗਏ ਉਹ ਮਜ਼ਦੂਰ ਵੀ ਉੱਥੇ ਗਏ ਸੀਗੇ ਮਜ਼ਦੂਰਾਂ ਦੇ ਨਾਲ ਮੈਂ ਵੀ ਗਿਆ ਕਿ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ ਨਾਰੇ ਲੱਗ ਰਹੇ ਸੀ ਜਦੋਂ ਕਿਸਾਨੀ ਕਾਨੂੰਨ ਵਾਪਸ ਹੋ ਗਏ ਤਾਂ ਕਿਸੇ ਕਿਸਾਨ ਨੇ ਇੱਕ ਵੀ ਕਿਸਾਨ ਨੇ ਮਜ਼ਦੂਰਾਂ ਦਾ ਇਸ਼ੂ ਚੁੱਕਿਆ ਜਦੋਂ ਅਸੀਂ ਸੈਲਫਿਸ਼ਨੈਸ ਦੇ ਨਾਲ ਕੰਮ ਕਰਾਂਗੇ ਜਦੋਂ ਅਸੀਂ ਸਿਰਫ ਆਪਣੇ ਬਾਰੇ ਸੋਚਾਂਗੇ ਤਾਂ ਦੇਸ਼ ਦਾ ਭਲਾ ਨਹੀਂ ਹੋਣਾ ਇਸ਼ੂ ਪਰ ਮੈਂ ਨਹੀਂ ਚੁੱਕਿਆ ਜਦੋਂ ਦਿਹਾੜੀਦਾਰਾਂ ਨੂੰ ਵੀ ਮੁਆਵਜ਼ਾ ਮਿਲਿਆ ਨਰਮੇ ਦੇ ਖਰਾਬੇ ਦਾ ਇਹ ਸਾਇਦ ਪਹਿਲੀ ਵਾਰ ਹੋਇਆ ਹੋਵੇ ਕਿ ਜੋ ਲੇਬਰ ਤਬਕਾ ਉਹਨੂੰ ਵੀ ਕੁਝ ਹਿੱਸਾ ਜ਼ਰੂਰ ਮਿਲਿਆ ਉਹ ਕਿਸਾਨਾਂ ਦਾ ਜਿਹੜਾ ਇੱਕ ਅੰਦੋਲਨ ਸੀ ਜਿਹਦਾ ਇੱਕ ਦਬਾਅ ਸੀ ਸਰਕਾਰ ਤੇ ਇਹ ਵੀ ਸ਼ਾਇਦ ਪਹਿਲੀ ਵਾਰ ਹੋਇਆ ਤੁਸੀਂ ਵੀ ਡੀਸੀ ਰਹਉ ਸ਼ਾਇਦ ਨਾ ਹੋਇਆ ਹੋਵੇ ਪਹਿਲਾਂ ਦੇਖੋ ਮੈਂ ਅੱਜ ਤੱਕ ਕਦੇ ਨਹੀਂ ਦੇਖਿਆ ਹੈਗਾ ਕਿ ਜਦੋਂ ਵੀ ਮੁਆਵਜ਼ਾ ਮਿਲਿਆ ਮੰਨ ਲਓ ਹੜ ਆ ਗਏ ਫਸਲਾਂ ਤਬਾਹ ਹੋ ਗਈਆਂ ਮੈਂ ਗਰਦੌਰੀ ਕਰਾਂਦਾ ਰਿਆ ਕਦੇ ਮਜ਼ਦੂਰਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਕਦੇ ਵੀ ਅੱਜ ਵੀ ਜਿਹੜੇ ਲੇਬਰ ਸੰਬੰਧੀ ਕਾਨੂੰਨ ਹੈਗੇ 44 ਕਾਨੂੰਨ ਰੱਦ ਕਰਕੇ ਚਾਰ ਕਾਨੂੰਨ ਪਾਸ ਕੀਤੇ ਗਏ ਸੀਗੇ ਜਿਹੜਾ ਕਿ ਕਿਸਾਨਾਂ ਨੇ ਲੇਬਰ ਨੇ ਲੇਬਰ ਯੂਨੀਅਨਸ ਨੇ ਥੋੜੀ ਬਹੁਤੀ ਆਵਾਜ਼ ਉਠਾਈ ਕਿਉਂਕਿ ਇੱਕ ਵੀਕਰ ਸੈਕਸ਼ਨ ਹੈ ਗਰੀਬ ਲੋਕ ਹੈ ਅਨਪੜ ਲੋਕ ਹੈ ਇਹਨਾਂ ਦੇ ਕੋਲ ਪੈਸਾ ਨਹੀਂ ਹੈ ਐਜੀਟੇਸ਼ਨ ਐਜੀਟੇਸ਼ਨ ਕਦੋਂ ਕਰਨਗੇ ਜੇ ਉਹਨਾਂ ਦੀ ਦਿਹਾੜੀ ਕਰਕੇ ਰੋਟੀ ਖਾਣੀ ਹੈ ਸੋ ਇਸ ਕਰਕੇ ਜਦੋਂ ਉਹ ਵਰਗ ਉਹ ਤਬਕਾ ਜਿਵੇਂ ਦਲਿਤ ਵਰਗ ਹੈ ਜਦੋਂ ਉਹਨਾਂ ਨੂੰ ਪੜ੍ਹਾਈ ਵਿੱਚ ਰਿਜ਼ਰਵੇਸ਼ਨ ਦਿੱਤੀ ਗਈ ਜਦੋਂ ਉਹਨਾਂ ਨੂੰ ਨੌਕਰੀਆਂ 'ਚ ਰਿਜ਼ਰਵੇਸ਼ਨ ਦਿੱਤੀ ਗਈ ਜਦੋਂ ਉਹਨਾਂ ਨੂੰ ਐਮਐਲਏ ਐਮਪੀ ਬਣਨ ਲਈ ਰਿਜ਼ਰਵੇਸ਼ਨ ਦਿੱਤੀ ਗਈ ਤਾਂ ਇਹ ਸੋਚ ਸੀ ਸਾਡੇ ਫ੍ਰੀडम फाइਟਰਸ ਦੀ ਸਾਡੇ ਫਾਊਂਡਿੰਗ ਫਾਦਰਸ ਦੀ ਕਿ ਇਹ ਤਬਕਾ ਕਮਜ਼ੋਰ ਹੈ ਇਹਨਾਂ ਨੂੰ ਇੱਕ ਸਹਾਰੇ ਦੀ ਲੋੜ ਹੈ ਜਿੱਥੇ ਪ੍ਰੈਸ਼ਰ ਗਰੁੱਪਸ ਨਾ ਕੰਮ ਕਰਨ ਉਥੇ ਸਰਕਾਰ ਪ੍ਰੈਸ਼ਰ ਗਰੁੱਪ ਬਣ ਕੇ ਉਹਨਾਂ ਕਮਜ਼ੋਰ ਵਰਗਾਂ ਦੀ ਬਾਹ ਫੜਦੀ ਹੈ ਲੇਕਿਨ ਅਨਫੋਰਚੂਨੇਟਲੀ ਪੰਜਾਬ ਦੀ ਸਰਕਾਰ ਅੱਜ ਸਾਨੂੰ ਸੁਣਨ ਚ ਇਹ ਵੀ ਆ ਰਿਹਾ ਹੈਗਾ ਕਿ ਰਾਗਵ ਚੱਡਾ ਰਾਜ ਸਭਾ ਦੇ ਵਿੱਚ ਇੱਕ ਮੁੱਦਾ ਉਠਾਏਗਾ ਕੰਮ ਰੋਕੂ ਮਤਾ ਪਾਸ ਕਰੇਗਾ ਉਹ ਉਹ ਰਾਗਵ ਚੱਡਾ ਉਦੋਂ ਕਿੱਥੇ ਸੀਗਾ ਜਦੋਂ ਸੱਤ ਰਾਜ ਸਭਾ ਮੈਂਬਰ ਇੱਕ ਵੀ ਉਹਨਾਂ ਚ ਦਲਿਤ ਨਹੀਂ ਸੀਗਾ ਸਾਰੇ ਦੇ ਸਾਰੇ ਹਾਈ ਕਾਸਟ ਕੋਈ ਯੂਨੀਵਰਸਿਟੀਆਂ ਦਾ ਵਾਈਸ ਚਾਂਸਲਰ ਕੋਈ ਆਪਣਾ ਕੋਈ ਬਿਜ਼ਨਸਮੈਨ ਕੋਈ ਆਪਣਾ ਹੋਰ ਬਾਹਰਲਾ ਦਿੱਲੀ ਦਾ ਬੰਦਾ ਕੋਈ ਹੋਰ ਵੀ ਇਧਰਲੇ ਉਧਰਲੇ ਬੰਦੇ ਜਿਹੜੇ ਸੀਗੇ 35% ਦਲਿਤਾਂ ਦੀ ਆਬਾਦੀ ਵਾਲਾ ਸ ਹਾਈएस्ट ਪੋਪੂਲੇਸ਼ਨ ਵਾਲਾ ਸਟੇਟ ਹਿਮਾਚਲ ਨੇ ਇੱਕ ਰਾਜ ਸਭਾ ਮੈਂਬਰ ਭੇਜਿਆ ਇਕੱਲਾ ਇੱਕੋ ਇੱਕ ਸ਼ੈਡਿਊਲ ਕਾਸਟ ਹਰਿਆਣੇ ਨੇ ਦੋ ਮੈਂਬਰ ਭੇਜੇ ਦੋਨੋਂ ਹੀ ਸ਼ੈਡਿਊਲ ਕਾਸਟ ਪੰਜਾਬ ਨੇ ਸੱਤ ਭੇਜੇ ਇੱਕ ਵੀ ਸ਼ੈਡਿਊਲ ਕਾਸਟ ਨਹੀਂ ਹੈ ਅੱਜ ਲਾਅ ਅਫਸਰ 178 ਰੱਖਣੇ ਆ ਤੇ ਜਿਹੜਾ ਸਾਡਾ ਏਜੀ ਹੈ ਅਨਮੋਲ ਰਤਨ ਉਹ ਕਹਿੰਦਾ ਇਹਨਾਂ ਲੋਕਾਂ 'ਚ ਮੈਰਿਟ ਨਹੀਂ ਹੈਗੀ ਇਸ ਕਰਕੇ ਇਹਨਾਂ ਨੂੰ ਨਹੀਂ ਅਸੀਂ ਆਪਣਾ ਇਹਨਾਂ ਨੂੰ ਰਿਪਰੈਜ਼ੈਂਟੇਸ਼ਨ ਨਹੀਂ ਦੇ ਸਕਦੇ ਫਿਰ ਆਪਣਾ ਵਾਪਸ ਕਿਉਂ ਲੈ ਲਈ ਜੇ ਕਾਇਦਾ ਕਾਨੂੰਨ ਨੂੰ ਵੀ ਤੁਸੀਂ ਨਹੀਂ ਮੰਨਣਾ 2006 ਦਾ ਐਕਟ ਪਾਸ ਹੋਇਆ ਹੋਇਆ ਹੈਗਾ ਕਿ ਇਨ ਲੈਟਰ ਐਂਡ ਸਪਿਰਿਟ ਰੈਜ਼ਰਵੇਸ਼ਨ ਦੇਣੀ ਹੈ ਜੇ ਆਪਣਾ ਨੈਸ਼ਨਲ ਕਮਿਸ਼ਨ ਫਾਰ ਸ਼ੈਡਿਊਲਡ ਕਾਸਟ ਕਹਿ ਰਿਹਾ ਕਿ ਐਕਟ ਨੂੰ ਲੈਟਰ ਐਂਡ ਸਪਿਰਿਟ ਚ ਲਾਗੂ ਕਰੋ ਤੇ ਬਈ ਕਮਾਲ ਹੈ ਕਿ ਸਾਡਾ ਮੁੱਖ ਮੰਤਰੀ ਨੂੰ ਨਜ਼ਰ ਨਹੀਂ ਆਉਂਦਾ ਜਾਂ ਇੰਨੀ ਸਮਝ ਨਹੀਂ ਹੈਗੀ ਏਜੀ ਆਫਿਸ ਨੇ ਤਾਂ ਸਰਕਾਰ ਨੂੰ ਡਿਫੈਂਡ ਕਰਨਾ ਆ ਐਕਟ ਨੂੰ ਡਿਫੈਂਡ ਕਰਨਾ ਆ ਸੰਵਿਧਾਨ ਨੂੰ ਡਿਫੈਂਡ ਕਰਨਾ ਤੇ ਇਹ ਲੋਕੀ ਸਾਡੇ ਆਪਨਾ ਜਾਤੀ ਦੇ ਚਸ਼ਮੇ ਨਾਲ ਦੇਖਦੇ ਹਰ ਕੰਮ ਨੂੰ ਇਹ ਆਪਣਾ ਉਹ ਨਹੀਂ ਦੇਖਦੇ ਹੈਗੇ ਕਿ ਵੀ ਇਹ ਆਪਣਾ ਸਾਡਾ ਸੰਵਿਧਾਨ ਕੀ ਕਹਿੰਦਾ ਹੈ ਸੰਵਿਧਾਨ ਨੂੰ ਲਾਗੂ ਕਰਨਾ ਸਾਡੀ ਸਭ ਤੋਂ ਪਹਿਲੀ ਪ੍ਰਾਇੋਰਟੀ ਹੋਣੀ ਚਾਹੀਦੀ ਹੈ ਇਹ ਸਾਡਾ ਜਿੰਨਾ ਸਮਾਜ ਹੈ ਇੱਕ ਸਰੀਰ ਦੇ ਤਰ੍ਹਾਂ ਹੈ ਕੋਈ ਬੈਕਵਰਡ ਹੈ ਉਹਨਾਂ ਦੇ ਵਾਸਤੇ ਸਾਡੀ ਪੰਜਾਬ ਨੇ 27% ਰਿਜ਼ਰਵੇਸ਼ਨ ਨਹੀਂ ਦਿੱਤੀ ਕਿਉਂ ਨਹੀਂ ਦਿੱਤੀ ਕੋਈ ਕਿਸੇ ਦਾ ਹੱਕ ਮਾਰ ਕੇ ਨਾ ਦਿਓ ਲੇਕਿਨ ਜੋ ਜਿਆਦਾ ਬਣਦਾ ਉਹ ਤਾਂ ਉਹਨੂੰ ਦਿਓ ਸਾਡੀ ਆਬਾਦੀ 32% ਹੈ ਸਾਨੂੰ 25% ਰੈਜ਼ਰਵੇਸ਼ਨ ਮਿਲ ਰਹੀ ਹੈ ਸਾਨੂੰ 14% ਪ੍ਰਮੋਸ਼ਨ ਚ ਮਿਲ ਰਹੀ ਹੈ ਕਿਉਂ ਪੂਰੀ ਕਿਉਂ ਨਹੀਂ ਮਿਲ ਰਹੀ ਜਿਹੜਾ ਸਾਡਾ ਸੰਵਿਧਾਨ ਹੈ ਇਹ ਕੀ ਕਹਿੰਦਾ ਹੈ ਡਿਊ ਰਿਪਰਿਜ਼ੈਂਟੇਸ਼ਨ ਟੂ ਬੈਕਵਰਡ ਕਲਾਸਸਿਸ ਇਨਕਲੂਡਿੰਗ ਸ਼ੈਡਿਊਲਡ ਕਾਸਟ ਐਂਡ ਸ਼ੈਡਿਊਲਡ ਟ్రਾਈਬਸ ਡਿਊ ਰਿਪਰਿਜ਼ੈਂਟੇਸ਼ਨ ਦਾ ਕੀ ਮਤਲਬ ਹੈ ਕਿ ਜਿੰਨੀ ਆਬਾਦੀ ਉੰਨੀ ਰਿਪਰੈਜ਼ੈਂਟੇਸ਼ਨ ਤੋਂ ਸਾਡੇ ਜਿਹੜੇ ਸਿਆਸੀ ਲੋਕ ਹੈ ਸਾਡੇ ਜਿਹੜੀਆਂ ਜਮਾਤਾਂ ਸਿਆਸਤ ਵਿੱਚ ਡੋਮਿਨੇਟ ਕਰ ਰਹੀਆਂ ਕਿ ਉਹਨਾਂ ਨੂੰ ਸੰਵਿਧਾਨ ਪੜਨਾ ਨਹੀਂ ਆਉਂਦਾ ਠੀਕ ਹੈ ਇੱਕ ਮੁੱਦਾ ਇਹਨਾਂ ਦੇ ਨਾਲ ਚ ਹੋਰ ਗਰਮ ਹੈ ਜੀ ਸਿਮਰਜੀਤ ਸਿੰਘ ਮਾਨ ਨੇ ਕਿ ਮੰਨ ਕੇ ਚੱਲ ਰਹੇ ਨੇ ਕਿ ਭਗਤ ਸਿੰਘ ਨੂੰ ਸੀਧ ਨਹੀਂ ਕਿਹਾ ਜਾ ਸਕਦਾ ਤੁਹਾਡਾ ਕੀ ਕਹਿਣਾ ਕਿ ਇਹ ਕਾਨੂੰਨੀ ਕਾਰਵਾਈ ਹੋ ਸਕਦੀ ਹੈ ਇਸ ਮਸਲੇ ਦੇ ਦੇਖੋ ਇੱਕ ਮੈਂਬਰ ਪਾਰਲੀਮੈਂਟ ਵੀ ਆ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਮਾਨਯੋਗ ਹੈ ਇਸ ਵੇਲੇ ਤੇ ਜਿਹੜਾ ਸ਼ਹੀਦ ਭਗਤ ਸਿੰਘ ਜੀ ਹੈ ਇਹ ਸਾਡੇ ਪੂਰੇ ਪੰਜਾਬ ਦੀ ਪਪੂਲੇਸ਼ਨ ਦੇ ਵਿੱਚ ਮਾਇਨ ਸਿਮਰਨਜੀਤ ਸਿੰਘ ਮਾਨ ਸਾਡੇ ਦਿਲਾਂ ਦੇ ਵਿੱਚ ਹੈ ਅਸੀਂ ਉਹਨਾਂ ਨੂੰ ਕੱਲਾ ਸ਼ਹੀਦ ਨਹੀਂ ਕਹਿੰਦੇ ਸ਼ਹੀਦ ਭਗਤ ਸਿੰਘ ਨਹੀਂ ਕਹਿੰਦੇ ਸ਼ਹੀਦੇ ਆਜ਼ਮ ਭਗਤ ਸਿੰਘ ਕਹਿੰਦੇ ਹਨ ਉਹਨਾਂ ਨੇ ਦੇਸ਼ ਲਈ ਜਾਨ ਵਾਰੀ ਹੈ ਉਹਨਾਂ ਦੀ ਜਿਹੜੀ ਆਪਣਾ ਉਸ ਸਮੇਂ ਦਾ ਐਕਸ਼ਨ ਸੀ ਉਹਨੂੰ ਆਪਾਂ ਜੇ ਅੰਗਰੇਜ਼ਾਂ ਦੇ ਲੈਂਸ ਦੇ ਨਾਲ ਦੇਖੀਏ ਤਾਂ ਉਹ ਕਹਿਣਗੇ ਟੈਰਰਿਸਟ ਹੈ ਜੇ ਭਾਰਤ ਦੀ ਲੋਕਾਂ ਦੀ ਅਸੀਂ ਦੇਖੀਏ ਆਪਣਾ ਉਹਨਾਂ ਦੇ ਦਿਲਾਂ ਦੀ ਧੜਕਣ ਦੇ ਮੁਤਾਬਕ ਤਾਂ ਉਹ ਸਾਡਾ ਸ਼ਹੀਦ-ਏ-ਆਜ਼ਮ ਹੈ ਇਸੇ ਤਰ੍ਹਾਂ ਅਸੀਂ ਕਦੇ ਇਤਿਹਾਸ ਨੂੰ ਸਹੀ ਮਾਇਨਿਆਂ ਦੇ ਵਿੱਚ ਨਹੀਂ ਦੇਖਦੇ ਜਦੋਂ ਆਜ਼ਾਦੀ ਦੀ ਪਹਿਲੀ ਲੜਾਈ ਲੜੀ ਗਈ ਤਾਂ ਉਸ ਵੇਲੇ ਮਹਾਰਾਜਾ ਪਟਿਆਲਾ ਦੀ ਫੌਜਾ ਨੇ ਕਿਹਦਾ ਸਾਥ ਦਿੱਤਾ ਸੀ ਸਿਮਰਨਜੀਤ ਸਿੰਘ ਮਾਨ ਦਾ ਜਿਹੜਾ ਨਾਨਾ ਸੀਗਾ ਰੂੜ ਸਿੰਘ ਉਹਨੇ ਉਹਨਾਂ ਨੂੰ ਆਪਣਾ ਸਰੂਪਾ ਨਹੀਂ ਸੀ ਦਿੱਤਾ ਅਡਵਾਇਰ ਨੂੰ ਜਦੋਂ ਜਿਸ ਦਿਨ ਜਿਲ੍ਹਿਆਂ ਵਾਲਾ ਬਾਗ ਦਾ ਸਾਕਾ ਹੋਇਆ ਸੀਗਾ ਸੋ ਅਸੀਂ ਉਹਨਾਂ ਗੱਲ ਪੰਜਾਬੀ ਲੋਕੀ ਜਿਹੜੇ ਬਹੁਤ ਭੋਲੇ ਐ ਨਹੀਂ ਪਰ ਹੁਣ ਪੰਗਾ ਤਾਂ ਇਹ ਪੈ ਗਿਆ ਕਿ ਐਨਕ ਸਮਰਜੀਤ ਸਿੰਘ ਮਾਨ ਨੇ ਅੰਗਰੇਜ਼ਾਂ ਵਾਲੀ ਲਾ ਲਈ ਉਸ ਨਜ਼ਰੀਏ ਤੋਂ ਦੇਖਦੇ ਆ ਜੇਕਰ ਉਹ ਇਹ ਕਹਿ ਦੇਣ ਕਿ ਉਹਨਾਂ ਦਿਨਾਂ ਦੇ ਵਿੱਚ ਉਹ ਜਿਹੜੀ ਸਰਕਾਰ ਸੀ ਉਹ ਉਹਨੂੰ ਅਤਵਾਦੀ ਮੰਨੀ ਸੀ ਫਿਰ ਤਾਂ ਲੋਕਾਂ ਦੇ ਗੱਲ ਹਜਮ ਆ ਜਾਂਦੀ ਉਹ ਹਜੇ ਵੀ ਮਤਲਬ ਆਪਣਾ ਸਟੈਂਡ ਮੰਨ ਕੇ ਚੱਲ ਰਹੇ ਨੇ ਕਿ ਵਾਕਈ ਅਤਵਾਦੀ ਅਸੀਂ ਕੀ ਮਹਿਸੂਸ ਕਰਦੇ ਆ ਇਹ ਮੈਨੇ ਰੱਖਦਾ ਅੰਗਰੇਜ਼ ਤਾਂ ਸਾਨੂੰ ਸਮਝਦੇ ਸੀਗੇ ਕਿ ਅਸੀਂ ਕਾਬਿਲ ਹੀ ਨਹੀਂ ਆ ਦੇਸ਼ ਨੂੰ ਗਵਰਨ ਕਰਨ ਦੇ ਜਦੋਂ ਦੇਸ਼ ਆਜ਼ਾਦ ਹੋ ਗਿਆ ਤੇ ਅਸੀਂ ਗਵਰਨ ਕਰ ਰਹੇ ਹਾਂ ਪਿਛਲੇ 75 ਸਾਲ ਹੋ ਗਏ ਤੋਂ ਜੇ ਅਸੀਂ ਅੰਗਰੇਜ਼ਾਂ ਦੀ ਅੱਖ ਨਾਲ ਹੀ ਦੇਖਣਾ ਹੈਗਾ ਤੇ ਅਸੀਂ ਤੇ ਫਿਰ ਕੰਪੀਟੈਂਟ ਹੀ ਨਹੀਂ ਐ ਅਨਮੋਰ ਰਤਨ ਦੀ ਅੱਖ ਨਾਲ ਦੇਖੋਗੇ ਤਾਂ ਅਸੀਂ ਕੰਪੀਟੈਂਟ ਨਹੀਂ ਐ ਸ਼ੈਡਿਊਲ ਕਾਸਟ ਮੈਂ ਚਾਰ ਜ਼ਿਲ੍ਹਿਆਂ ਦਾ ਡੀਸੀ ਰਿਹਾ ਮੈਨੂੰ ਦੱਸੋ ਕਿਸੇ ਜ਼ਿਲ੍ਹੇ ਦੇ ਵਿੱਚ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਕਮੀ ਹੈ ਕਿਸੇ ਕੰਮ ਦੀ ਵਾਕਈ ਵੀ ਜਨਰਲ ਕੈਟਾਗਰੀ ਦੇ ਅਫਸਰਾਂ ਤੋਂ ਜ਼ਿਆਦਾ ਕੰਮ ਕੀਤਾ ਮੈਂ ਗਿਨਾ ਸਕਦਾ ਕਿ ਜਿੰਨੇ ਕੰਮ ਮੈਂ ਬਤੌਰ ਡੀਸੀ ਕੀਤੇ ਕਿਸੇ ਜਨਰਲ ਕੈਟਾਗਰੀ ਦੇ ਅਫਸਰ ਨੇ ਨਹੀਂ ਕੀਤੇ ਤਾਂ ਇਸ ਕਰਕੇ ਕਿਸੇ ਨੂੰ ਜਾਤੀ ਪਾਤੀ ਦੀ ਨਜ਼ਰ ਨਾ ਦੇਖਣਾ ਜਾਂ ਭਗਤ ਸਿੰਘ ਨੂੰ ਟੈਰਰਿਸਟ ਕਹਿਣਾ ਇਹ ਬਿਲਕੁਲ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਆ ਉਹਦੇ ਨਾਲ ਖਿਲਵਾੜ ਹੈ ਮੈਂ ਸਮਝਦਾ ਹੈਗਾ ਕਿ ਜਨਤਾ ਨੇ ਉਹਨਾਂ ਨੂੰ ਚੁਣਿਆ ਤੇ ਜਨਤਾ ਹੀ ਉਹਨਾਂ ਨੂੰ ਸਜ਼ਾ ਦੇਗੀ ਕਿ ਭਗਤ ਸਿੰਘ ਆਪਣਾ ਸ਼ਹੀਦ-ਏ-ਆਜ਼ਮ ਹੈ ਜਾਂ ਭਗਤ ਸਿੰਘ ਅਤਵਾਦੀ ਹੈ ਲਾਸਟ ਸਵਾਲ ਇਹ ਕਿ ਦਿੱਲੀ ਸਰਕਾਰ ਤੇ ਫਿਰ ਸਵਾਲ ਖੜੇ ਹੋ ਗਏ ਨੇ ਪ੍ਰੋਫੈਸਰ ਦਵਿੰਦਰਪਾਲ ਪੁੱਲਰ ਦੀ ਮਾਫੀ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਫਿਰ ਅੱਜ ਕੇਸ ਹੋ ਗਿਆ ਕਿ ਕਿਉਂ ਫਾਈਲ ਇੰਨਾ ਟਾਈਮ ਤੋਂ ਦੱਬੀ ਹੋਈ ਹੈ ਉਹਦੇ ਬਾਰੇ ਕੀ ਕਹਿਣਾ ਤੁਹਾਨੂੰ ਇਹ ਤੇ ਆਪਣਾ ਫਾਈਲ ਜਿਹੜੀ ਦੱਬੀ ਹੋਈ ਹੈ ਜੋ ਮੀਡੀਆ ਚ ਪੜਿਆ ਹੈਗਾ ਤੇ ਇਹ ਤੇ ਦਿੱਲੀ ਸਰਕਾਰ ਨੇ ਦੱਬੀ ਹੋਈ ਹੈ ਹਾਈ ਕੋਰਟ ਚ ਵੀ ਅੱਜ ਕੇਸ ਹੋ ਗਿਆ ਜਿਹੜਾ ਆਪਣਾ ਬਹੁਤ ਸਾਰੇ ਵਾਕਿਆ ਇਹੋ ਜਿਹੇ ਆ ਰਹੇ ਆ ਕਿ ਜਿਹੜਾ ਆਪਣਾ ਮਾਂ ਜੋ ਕੇਜਰੀਵਾਲ ਜੀ ਹੈ ਦਿੱਲੀ ਦੇ ਮੁੱਖ ਮੰਤਰੀ ਹੈ ਇਹਨਾਂ ਦੀ ਇੱਕ ਫਿਲਾਸਫੀ ਹੈਗੀ ਹੈ ਕਿ ਵੀ ਆਪਾਂ ਜਿਹੜਾ ਹੈਗਾ ਇੱਕ ਸਾਡਾ ਪੰਜਾਬ ਦਾ ਇੱਕ ਉਹ ਵਰਗ ਜਿਹੜਾ ਕਿ ਗਰਮਖਿਆਲੀ ਹੈ ਜਾਂ ਜਿਹੜਾ ਖਾਲਸਪਤਨ ਦੀ ਹਮਾਇਤੀ ਹੈ ਉਹਦੇ ਨਾਲ ਉਹ ਆਪਣੇ ਆਪ ਨੂੰ ਆਇਡੈਂਟੀਫਾਈ ਕਰਦਾ ਆ ਮੰਨ ਜੋ ਕੇਜਰੀਵਾਲ ਜੀ ਸੋ ਇਸ ਕਰਕੇ ਉਹਨਾਂ ਨੂੰ ਉਹਨਾਂ ਨੇ ਇੱਕ ਸਿਆਸਤ ਦੇ ਪੱਖੋਂ ਉਸ ਵੇਲੇ ਜਦੋਂ ਪੰਜਾਬ ਦੇ ਵਿੱਚ 22 ਫਰਵਰੀ ਦੇ ਇਲੈਕਸ਼ਨ ਡਿਊ ਸੀਗੇ ਉਸ ਵੇਲੇ ਵੀ ਇਹ ਮੁੱਦਾ ਉੱਠਦਾ ਰਿਹਾ ਔਰ ਉਹਨਾਂ ਨੇ ਲੋਕਾਂ ਨੇ ਉਹਨੂੰ ਮਤਲਬ ਲੋਕੀ ਉਹਨੂੰ ਅਤਵਾਦੀਆਂ ਦੇ ਨਾਲ ਆਈਡੈਂਟੀਫਾਈ ਕਰਦੇ ਆ ਮਿਸਟਰ ਭੁੱਲਰ ਨੂੰ ਤੇ ਜਿਹੜੇ ਲੋਕੀ ਅਮਨ ਪਸੰਦ ਹੈ ਉਹ ਲੋਕੀ ਸੋਚਦੇ ਹੈਗੇ ਕਿ ਕੇਜਰੀਵਾਲ ਨੇ ਚੰਗਾ ਕੀਤਾ ਕੇਜਰੀਵਾਲ ਸਿਆਸਤੀ ਸਿਆਸਤ ਕਰਦਾ ਹੈ ਉਹਦੇ ਦਿਮਾਗ ਦੇ ਵਿੱਚ ਭੁੱਲਰ ਨੂੰ ਲੈ ਕੇ ਰਿਹਾਈ ਨੂੰ ਲੈ ਕੇ ਜਾਂ ਉਹਦੇ ਨਾਲ ਕੋਈ ਮਸੰਦਾ ਕੋਈ ਇਸ਼ੂ ਨਹੀਂ ਹੈਗਾ ਜਿਹੜਾ ਰਿਜ਼ੋਲਵ ਕਰਨ ਵਾਲਾ ਪਰ ਉਹ ਸਿਆਸਤ ਕਰਦਾ ਹੈ ਇਸ ਕਰਕੇ ਇਹ ਸਿਆਸਤ ਜਿਹੜੀ ਹੈਗੀ ਆ ਪੰਜਾਬ ਦੇ ਲੋਕੀ ਬਹੁਤ ਸੈਂਸਿਟਿਵ ਹੈਗੇ ਆ ਪੰਜਾਬ ਦੇ ਲੋਕਾਂ ਨੇ 3 ਮਹੀਨੇ ਪਹਿਲਾਂ ਭਗਵੰਤ ਮਾਨ ਦੀ ਸਰਕਾਰ ਨੂੰ 92 ਐਮਐਲਏ ਦੇਤੇ ਜਦੋਂ 3 ਮਹੀਨੇ ਗੁਜ਼ਰ ਗਏ ਜਦੋਂ ਦੇਖਿਆ ਪੂਰੀ ਤਰ੍ਹਾਂ ਫੇਲ ਹੋ ਗਈ ਹੈ ਸਰਕਾਰ ਉਹਨਾਂ ਨੇ ਸਿਮਰਨਜੀਤ ਸਿੰਘ ਮਾਨ ਨੂੰ ਉਹਨਾਂ ਦੇ ਜ਼ਿਲ੍ਹੇ ਦੇ ਵਿੱਚ ਮੁੱਖ ਮੰਤਰੀ ਖੁਦ ਭਗਵੰਤ ਮਾਨ ਅ ਫਨਾਨਸ ਮਿਨਿਸਟਰ ਉਸ ਜ਼ਿਲ੍ਹੇ ਦੇ ਵਿੱਚ ਔਰ ਐਜੂਕੇਸ਼ਨ ਮਿਨਿਸਟਰ ਉਸ ਜ਼ਿਲ੍ਹੇ ਦੇ ਵਿੱਚ ਉਹਦੇ باوجود ਵੀ ਭਗਵੰਤ ਮਾਨ ਦੀ ਸਰਕਾਰ ਨੂੰ ਠਿੱਬੀ ਲਾਈ ਹੈ ਹਰਾਇਆ ਇਸ ਕਰਕੇ ਕਿਉਂਕਿ ਲੋਕਾਂ ਨੂੰ ਸਮਝ ਲੱਗ ਗਈ ਹੈ ਕਿ ਝੂਠੇ ਵਾਅਦਿਆਂ ਦੀ ਸਰਕਾਰ ਹੈ ਮਹਾ ਝੂਠੀ ਸਰਕਾਰ ਹੈ ਇਹ ਆਪਣਾ ਜੋ ਕਹਿੰਦੀ ਆ ਤੇ ਕਰਨੀ ਆ ਕਰਨੀ ਤੇ ਕਹਿਣੀ ਦੇ ਵਿੱਚ ਜ਼ਮੀਨ ਉਸਮਾਨ ਦਾ ਫਰਕ ਹੈ ਇਸ ਕਰਕੇ ਹੁਣ ਲੋਕੀ ਸਮਝਦਾਰ ਬਣ ਗਏ ਆ ਪਰ ਜਿਹਨੂੰ ਚੁਣਿਆ ਸਰਦਾਰ ਸਿਮਰਨਜੀਤ ਸਿੰਘ ਮਾਨ ਉਹ ਵੀ ਤੁਹਾਨੂੰ ਕਦੇ ਉਹ ਕਿਰਪਾਨ ਦਾ ਇਸ਼ੂ ਲੈ ਲੈਂਦਾ ਹੈਗਾ ਕਦੇ ਹੁਣ ਉਹਨੇ ਭਗਤ ਸਿੰਘ ਦਾ ਇਸ਼ੂ ਲੈ ਲਿਆ ਤੇ ਇਹ ਤਾਂ ਲੋਕਾਂ ਨੇ ਉਹਨੂੰ ਚੁਣਿਆ ਹੈਗਾ ਲੋਕਾਂ ਤੇ ਮੈਂ ਲੋਕਾਂ ਦੀ ਸਮਝ ਤੇ ਸਵਾਲ ਨਹੀਂ ਉਠਾ ਸਕਦਾ ਪਰ ਲੋਕੀ ਹੀ ਉਹਨੂੰ ਆਪਣਾ ਉਹਦਾ ਉਹਨੂੰ ਰੱਦ ਕਰਨਗੇ ਦਬਾਉਣੇ ਗਲਤ ਹੈ ਨਾ ਜੀ ਇੱਕ ਡਿਸੀਜਨ ਲੈ ਲੈਣਾ ਉਹਨੂੰ ਪਾਸ ਕਰ ਦੇਣ ਜਾਂ ਉਹਦੇ ਬਾਰੇ ਕੋਈ ਆਪਣਾ ਕਮੈਂਟ ਦੇ ਦੇਣ ਉਹ ਹੋਣਾ ਚਾਹੀਦਾ ਨਾ ਜੇ ਆਪਾਂ ਕਹਿੰਦੇ ਕਿ ਤੁਰੰਤ ਐਕਸ਼ਨ ਦੀ ਗੱਲ ਹੋਣੀ ਚਾਹੀਦੀ ਆ ਜਾਂ ਕੋਈ ਇਨਸਾਫ ਦੀ ਗੱਲ ਸਰਕਾਰ ਜੋ ਵੀ ਕਰਦੀ ਆ ਫੈਸਲਾ ਤਾਂ ਟੁਕੜਟ ਕਰੇ ਕੋਈ ਮੈਂ ਤਾਂ ਪਹਿਲੇ ਹੀ ਤੁਹਾਨੂੰ ਇਹ ਕਹਿ ਬੇਨਤੀ ਕਰ ਚੁੱਕਾਾਂ ਕਿ ਖੇਜਰੀਵਾਲ ਜੀ ਆਪਣਾ ਆਫੀਸਰ ਨਹੀਂ ਰਹੇ ਹੈਗੇ ਉਹ ਇੱਕ ਆਈਆਰਐਸ ਆਫੀਸਰ ਸੀਗੇ ਤਾਂ ਉਹਨਾਂ ਨੂੰ ਪੁੱਛਿਆ ਜਾ ਸਕਦਾ ਸੀਗਾ ਕਿ ਤੁਸੀਂ ਫੈਸਲਾ ਫੈਸਲਾ ਲਾਓ ਰਾਈਟ অর ਰੋਂਗ ਜੋ ਲੈਣਾ ਲਓ ਹੁਣ ਉਹ ਉਹ ਸਿਆਸੀ ਬੰਦੇ ਹੈਗੇ ਉਹਨਾਂ ਨੂੰ ਇਸੇ ਤਰ੍ਹਾਂ ਦੀ ਸਿਆਸਤ ਸੂਟ ਕਰਦੀ ਆ ਕਿ ਇਹਦੇ ਤੇ ਪਲੱਸ ਮਾਈਨਸ ਜਦੋਂ ਲੋਡ ਪੈਏਗੀ ਜਿੱਦਾਂ ਦਾ ਲੋਡ ਪੈਏਗੀ ਜੇ ਲੋਡ ਅੱਜ ਦੇ ਦਿਨ ਜੁ ਉਹਨਾਂ ਨੂੰ ਸੂਟ ਕਰਦਾ ਕਿ ਇਹਨੂੰ ਪੈਂਡਿੰਗ ਰੱਖਿਆ ਜਾਵੇ ਫਿਰ ਤਾਂ ਕਾਮਰੇਡ ਮੌਕਾ ਬਰਸਤ ਕਹਿੰਦੇ ਆ ਉਹਨਾਂ ਲੋਕਾਂ ਨੂੰ ਇਹੋ ਜਿਹੇ ਲੋਕਾਂ ਨੂੰ ਇਹ ਮੌਕਾ ਬਰਸਤ ਦੇਖੋ ਮੈਂ ਸਮਝਦਾ ਹੈਗਾ ਕਿ ਇਸ ਤੋਂ ਵੱਡਾ ਕੇਜਰੀਵਾਲ ਜੀ ਤੋਂ ਵੱਡਾ ਮੌਕਾ ਪ੍ਰਸਤ ਤੇ ਝੂਠਾ ਬੰਦਾ ਦੁਨੀਆ 'ਚ ਨਹੀਂ ਹੈ ਇਸ ਤੋਂ ਝੂਠਾ ਬੰਦਾ ਜਿਆਦਾ ਵੱਡਾ ਸ਼ਾਇਦ ਹਿਟਲਰ ਹੋਏਗਾ ਉਹ ਵੀ ਇਸੇ ਤਰ੍ਹਾਂ ਦੇ ਮਤਲਬ ਇਹਨਾਂ ਵਰਗੇ ਇਹਨਾਂ ਦੇ ਝੂਠ ਬੋਲਣ 'ਚ ਮਾਰ ਸੀਗਾ ਇਹ ਵੀ ਉਸੇ ਤਰ੍ਹਾਂ ਦਾ ਝੂਠ ਬੋਲਦਾ ਆ ਔਰ ਪੰਜਾਬ ਦੇ ਲੋਕ ਹੁਣ ਦੇਖੋ ਇਹ ਗੁਜਰਾਤ ਦੇ ਵਿੱਚ ਜਾ ਕੇ ਕੀ ਕਹਿੰਦੇ ਆ ਕਿ ਅਸੀਂ ਪੰਜਾਬ ਦੇ ਵਿੱਚ ਕ腐ਸ਼ਨ ਖਤਮ ਕਰਤੀ ਹੈ ਪੰਜਾਬ ਦੇ ਵਿੱਚ ਅਸੀਂ ਆਪਣਾ ਔਰਤਾਂ ਦੇ 1000 ਰੁਪਏ ਉਹਨਾਂ ਦੇ ਖਾਤੇ 'ਚ ਪਾਤਾ ਆ ਜੋ 300 ਯੂਨਿਟ ਬਿਜਲੀ ਫ੍ਰੀ ਕਰਤੀ ਹੈਗੀ ਆ ਇੱਕ ਵੀ ਵਾਦਾ ਪੂਰਾ ਨਹੀਂ ਕੀਤਾ ਜਦੋਂ ਕਿ ਹਿਮਾਚਲ ਵਿੱਚ ਔਰ ਗੁਜਰਾਤ ਵਰਗੇ ਸੂਬਿਆਂ ਦੇ ਵਿੱਚ ਤੇ ਇਹ ਇਹ ਪ੍ਰਚਾਰ ਦੇ ਆ ਕਿ ਅਸੀਂ ਤਾਂ ਜੋ ਵਾਦੇ ਕੀਤੇ ਸੀ ਸਾਰੇ ਪੂਰੇ ਕਰਤੇ ਆ ਗੁਜਰਾਤੀ ਨਾ ਮੈਨੂੰ ਪੜਨੀ ਆਂਦੀ ਇਹ ਨਾ ਤੁਹਾਨੂੰ ਪੜਨੀ ਆਂਦੀ ਇਹ ਨਾ ਸਾਨੂੰ ਪਤਾ ਨਾ ਸਾਡੀ ਕੋਈ ਰਿਸ਼ਤੇਦਾਰੀ ਹੈ ਜਿਹੜਾ ਅਸੀਂ ਦਸੀਏ ਵੀ ਦੱਸੋ ਪੜ ਕੇ ਵੀ ਕੀ ਆ ਲੇਕਿਨ ਪੜੇ ਲਿਖੇ ਲੋਕੀ ਇਹ ਦੱਸਦੇ ਆ ਕਿ ਉੱਥੇ ਇਹ ਝੂਠ ਦਾ ਪ੍ਰਚਾਰ ਕਰ ਰਹੇ ਆ ਔਰ ਸਾਡਾ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਪੰਜਾਬ ਦੇ ਪੈਸੇ ਕਰਕੇ ਖਰਚ ਕਰਕੇ ਕਦੇ ਹੈਲੀਕਾਪਟਰ ਉੱਥੇ ਲੈ ਕੇ ਜਾਂਦਾ ਹੈਗਾ ਕਦੇ ਉੱਥੇ ਜਾ ਕੇ ਸਾਡਾ ਐਡਵਰਟਾਈਜ਼ਮੈਂਟ ਕਰਦਾ ਆ ਗੁਜਰਾਤੀ ਦੇ ਵਿੱਚ ਉਥੋਂ ਦੇ ਨਿਊਜ਼ਪੇਪਰਾਂ ਦੇ ਵਿੱਚ ਉਥੋਂ ਦੇ ਟੈਲੀਵਿਜ਼ਨ ਵਿੱਚ ਕਿ ਅਸੀਂ ਆਪਣਾ ਆਮ ਆਦਮੀ ਪਾਰਟੀ ਨੇ ਆ ਕਰਤਾ ਆ ਕਰਤਾ ਆ ਕਰਤਾ ਸਾਨੂੰ ਕੀ ਫਾਇਦਾ ਗੁਜਰਾਤ ਦੇ ਵਿੱਚ ਪੰਜਾਬ ਦੇ ਫੰਡ ਖਰਚ ਕਰਕੇ ਪੰਜਾਬ ਦੇ ਲੋਕੀ ਤਰਾ ਤਰਾ ਕਰ ਰਹੇ ਆ ਗਿਆ ਜਿਹੜੇ ਪ੍ਰੋਮਿਸ ਕੀਤੇ ਆ ਜਿਹੜਾ ਕਰਜ਼ਾ ਸਾਡੇ ਸਿਰ 3 ਲੱਖ ਕਰੋੜ ਦਾ ਚੜਿਆ ਹੋਇਆ ਭਈ ਪਹਿਲਾਂ ਤੁਸੀਂ ਉਹਨੂੰ ਉਤਾਰੋ ਤੁਸੀਂ ਪਤਾ ਨਹੀਂ ਕਿੰਨੇ 37 ਕਰੋੜ ਕੇ ਕਿੰਨੀ ਐਡਵਰਟਾਈਜ਼ਮੈਂਟ ਕਰੀ ਜਾਂਦੇ ਹੋ ਕਿ ਅਸੀਂ ਆਹ ਕਰਤਾ ਆਹ ਕਰਤਾ ਕੰਮ ਤਾਂ ਕਰ ਲੋ ਜਦੋਂ ਫਿਰ ਇਲੈਕਸ਼ਨ ਆਣਗੇ ਉਦੋਂ ਐਡਵਰਟਾਈਜ਼ਮੈਂਟ ਕਰ ਲਿਓ ਕਿ ਤੁਹਾਡੀਆਂ ਅਚੀਵਮੈਂਟ ਕੀ ਹੈਗੀਆਂ ਸੋ ਇਹ ਸਾਨੂੰ ਹ ਸਭ ਕਾ ਇਹ ਸਭ ਸਰਤੇ বিজেপি ਅਗੂ বিজেপি ਅਗੂ ਐਸਰ ਲੱਧੜ ਜਿਨ੍ਹਾਂ ਨੇ ਸਪਸ਼ਟ ਕਿਹਾ ਕਿ ਮੌਜੂਦਾ ਸਰਕਾਰ ਜੋ ਕਰ ਰਹੀ ਹੈ ਉਹ ਉਹਦੇ ਅਮਲਾਂ 'ਚ ਬੜਾ ਫਰਕ ਹੈ ਕਹਿਣੀ ਤੇ ਕਰਨੀ ਦੇ ਵਿੱਚ ਵੱਡਾ ਫਰਕ ਹੈ ਸੋ ਦੇਖਦੇ ਆਉਣ ਵਾਲੇ ਦਿਨਾਂ ਦਰਾਂਨ ਕਿਸ ਤਰ੍ਹਾਂ ਦਾ ਮਾਹੌਲ ਹੋਏਗਾ ਪੰਜਾਬ ਦੇ ਵਿੱਚ ਉਤੇ ਵੀ ਸਾਡੀ ਨਜ਼ਰ ਬਣੀ ਰਹੇਗੀ ਕੈਮਰਾਮੈਨ ਨਰਿੰਦਰ ਦੇ ਨਾਲ ਦਰਸ਼ਨ ਸਿੰਘ ਖੋਖਰ ਚੰਡੀਗੜ੍ਹ मिया मुराद अली जी खुदा दे कार देर है अंधेर नहीं हर समस्या का समाधान समस्या जी में लव मैरिज वशीकरण किता कराया लॉटरी नंबर होवे या लोटो मैक्स छ सौ उनचास मेरे और मेरे पति के बीच में बहुत अनबन रहती थी जिसकी वजह से मैं बहुत सारे तांत्रिकों से मिली पर मुझे कोई समाधान नहीं मिला उसके बाद मैं मियाँ मुराद अली जी से मिली जिससे कि अब मैं अपने वैवाहिक जीवन में बहुत खुश हूँ ਪਹਿਲਾਂ ਮੇਰਾ ਲਵ ਮੈਰਿਜ ਨੂੰ ਲੈ ਕੇ ਕੋਈ ਵੀ ਕੰਮ ਨਹੀਂ ਬਣਦਾ ਸੀ ਬਹੁਤ ਜਗ੍ਹਾ ਤੇ ੱਟਕੇ ਖਾਏ ਫਿਰ ਬਾਅਦ ਵਿੱਚ ਮੈਨੂੰ ਕਿਸੇ ਨੇ ਮੀਆਂ ਮੁਰਾਦ ਜੀ ਬਾਰੇ ਦੱਸਿਆ ਤੇ ਅੱਜ ਦੇਖੋ ਮੈਂ ਆਪਣੇ ਵਿਆਹੁਟਿਕ ਜੀਵਨ ਦੇ ਵਿੱਚ ਬਹੁਤ ਖੁਸ਼ ਹਾਂ ਮੇਰਾ ਕਾਰੋਬਾਰ ਇੱਕਦਮ ਠੱਪ ਹੋ ਗਿਆ ਸੀ ਅਸੀਂ ਬੜੇ ਓਕੇ ਹੋ ਗਏ ਫਿਰ ਸਾਨੂੰ ਕਿਸੇ ਨੇ ਮੀਆਂ ਮੁਹੰਮਦ ਅਲੀ ਜੀ ਬਾਰੇ ਦੱਸਿਆ ਉਹਨਾਂ ਨੇ ਸਾਡੀ ਸਾਡੀ ਸਮੱਸਿਆ ਦਾ ਚੰਗੀ ਤਰ੍ਹਾਂ ਜਿਹੜਾ ਨਿਪਟਾਰਾ ਕਰ ਦਿੱਤਾ ਹੁਣ ਅਸੀਂ ਬਹੁਤ ਖੁਸ਼ ਹੁਣੇ ਕਾਲ ਕਰੋ 9847181787